ਸਤਿ ਸ਼੍ਰੀ ਅਕਾਲ ਐਵਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਰਣਜੀਤ ਕੌਰ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈਡਲਾਈਨਸ ਤੇ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ। ਸ੍ਰੀ ਗੁਰੂ ਅਰਜਨ ਦੇਵ ਜੀ ਦੇ 411ਵੇਂ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸਜਾਏ ਗਏ ਵਿਸ਼ਾਲ ਨਗਰ ਕੀਰਤਨ। ਨਗਰ ਕੀਰਤਨ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜ਼ਰੀ। ਕਾਂਗਰਸ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਦੀ ਕਰ ਰਹੀ ਹੈ ਕੋਸ਼ਿਸ਼, ਕਿਹਾ ਵਿਜੈ ਸਾਂਪਲਾ ਨੇ। ਚੰਡੀਗੜ੍ਹ ਵਿੱਚ ਕਾਂਗਰਸ ਮੀਟਿੰਗ ਦੌਰਾਨ ਹੋਈ ਆਪਸੀ ਬਹਿਸ ਨੂੰ ਦੱਸਿਆ ਡਰਾਮਾ। ਲੁਧਿਆਣਾ ਵਿੱਚ ਦਿਨ ਦਿਹਾੜੇ ਹੋਈ ਲੁੱਟ, ਇੱਕ ਨਾਮੀ ਕੰਪਨੀ ਦੇ ਏਰੀਆ ਸੇਲ ਮੈਨੇਜਰ ਕੋਲੋਂ ਗਨ ਪੁਆਇੰਟ ਤੇ ਹੋਈ ਕਾਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਪ੍ਰਦੇਸ਼ ਦੀ ਅਕਾਲੀ ਭਾਜਪਾ ਦੁਆਰਾ ਆਗਾਮੀ ਚੋਣਾਂ ਨੂੰ ਲੈ ਕੇ ਹੋਣ ਵਾਲੀ ਮੰਥਨ ਮੀਟਿੰਗ ਤੇ ਪੰਜਾਬ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਹੈ ਕਿ ਇਸ ਮੰਥਨ ਵਿੱਚ ਪੰਜਾਬ ਵਿੱਚ ਹੋਈ ਹਾਰ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਤੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਕਾਂਗਰਸ ਮੀਟਿੰਗ ਦੌਰਾਨ ਹੋਈ ਆਪਸੀ ਬਹਿਸ ਨੂੰ ਡਰਾਮਾ ਦੱਸਦੇ ਹੋਏ ਕਿਹਾ ਕਿ ਇਹ ਸਭ ਕੁਝ ਪੰਜਾਬ ਦੀ ਜਨਤਾ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਨਾਲ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਸਾਂਪਲਾ ਨੇ ਰਾਜ ਵਿੱਚ ਭਾਜਪਾ ਸਰਕਾਰ ਨੂੰ ਕਾਰੋਬਾਰੀ ਹਿਤੈਸ਼ੀ ਦੱਸਿਆ। ਇਸ ਮੌਕੇ ਹੁਸ਼ਿਆਰਪੁਰ ਵਿੱਚ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਇਸ ਵੇਲੇ ਪੰਜਾਬ ਦੀ ਜਨਤਾ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੀ ਮਿਸਾਲ ਚੰਡੀਗੜ੍ਹ ਵਿੱਚ ਪ੍ਰਦੇਸ਼ ਕਾਂਗਰਸ ਮੀਟਿੰਗ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਕਾਂਗਰਸੀ ਆਪਸ ਵਿੱਚ ਹੀ ਝਗੜਦੇ ਨਜ਼ਰ ਆਏ। ਤੁਸੀਂ ਇੱਥੇ ਬੈਠ ਕੇ ਦੇਖ ਲਿਆ ਔਰ ਇੰਡਸਟਰੀਜ਼ ਨਾਲ ਉਹਨਾਂ ਦਾ ਰਿਸਪੌਂਸ ਵੀ ਦੇਖ ਲਿਆ ਹੋਣਾ। ਜੇਕਰ ਸਾਡੀ ਸਰਕਾਰ ਵੇਲੇ ਕੁਛ ਹੋਇਆ ਹੁੰਦਾ ਤਾਂ ਇਹ ਇੰਡਸਟਰੀ ਦਾ ਅੱਜ ਜੋ ਸਾਡੇ ਨਾਲ ਰਿਸਪੌਂਸ ਆ ਉਹ ਇਹ ਰਿਸਪੌਂਸ ਨਹੀਂ ਸੀ, ਕਿਉਂਕਿ ਅਸੀਂ ਜੋ ਉਹਨਾਂ ਨੇ ਸਾਨੂੰ ਅੱਜ ਤੱਕ ਕਿਹਾ ਅਸੀਂ ਇਨ ਬਿਨ ਪੂਰਾ ਕੀਤਾ ਆ। ਔਰ ਜੇ ਤੁਸੀਂ ਕਹੋ ਕਿ ਇੰਡਸਟਰੀ ਦਾ ਬੁਰਾ ਹਾਲ ਕੀਤਾ ਤਾਂ ਜਦੋਂ ਕੇਂਦਰ 'ਚ ਕੇਂਦਰ ਦੀ ਸਰਕਾਰ ਸੀ UPA ਦੀ, ਉਸ ਵੇਲੇ ਕਿਉਂਕਿ ਉਹਨੇ ਗੁਆਂਢੀ ਰਾਜਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਿਹੜੀਆਂ ਕਿ ਪੰਜਾਬ ਨੂੰ, ਔਰ ਜਿਹਦਾ ਕਾਰਨ ਇੱਥੋਂ ਜਿਹੜੀ ਹੈ ਇੰਡਸਟਰੀ ਉੱਧਰ ਵੱਲ ਅਟਰੈਕਟ ਹੋਈ ਹੈ ਔਰ ਉਹਦੇ ਕਾਰਨ ਇੱਥੋਂ ਪੰਜਾਬ 'ਚ ਬਹੁਤ ਸਾਰੀ ਇੰਡਸਟਰੀ ਪਲਾਇਨ ਹੋ ਕੇ ਉੱਥੇ ਗਈ ਹੈ। ਲੁਧਿਆਣਾ ਮਹਾਨਗਰ ਦੇ ਸੈਕਟਰ 32 ਤੋਂ ਪਿਸਤੌਲ ਦੀ ਨੋਕ ਤੇ ਇੱਕ ਨਾਮੀ ਕੰਪਨੀ ਦੇ ਏਰੀਆ ਸੇਲ ਮੈਨੇਜਰ ਕੋਲੋਂ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰਾਂ ਨੇ ਗਨ ਪੁਆਇੰਟ ਤੇ ਉਸਦੀ ਸਵਿਫਟ ਡਿਜ਼ਾਇਰ ਕਾਰ ਲੁੱਟ ਲਈ ਅਤੇ ਫਰਾਰ ਹੋ ਗਏ। ਗੱਡੀ ਵਿੱਚ ਕੀਮਤੀ ਮੋਬਾਈਲ, ਲੈਪਟਾਪ, ਟੈਬ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸੀ। ਲੁਟੇਰਿਆਂ ਵੱਲੋਂ ਅੰਜਾਮ ਦਿੱਤੀ ਗਈ ਪੂਰੀ ਘਟਨਾ ਨੇੜੇ ਲੱਗੇ ਇੱਕ PG ਵਿੱਚ ਲੱਗੇ ਹੋਏ CCTV ਕੈਮਰੇ ਵਿੱਚ ਕੈਦ ਹੋ ਗਏ, ਜਿਸ ਦੀ ਫੁਟੇਜ ਹਾਸਿਲ ਕਰਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਪਿੰਡ ਉੜਾਪੁਰ ਕੋਲ ਪੁਲਿਸ ਨੇ ਤਿੰਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਦੋ ਪਿਸਤੌਲ, ਖੋਈ ਗਈ AK-47, ਸਵਿਫਟ ਡਿਜ਼ਾਇਰ ਕਾਰ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ। ਲੁਧਿਆਣਾ ਪੁਲਿਸ ਲੁਟੇਰਿਆਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕਰੇਗੀ। ਜੀ ਆਪਣੀ ਡਿਸਟ੍ਰੀਬਿਊਟਰ ਸਾਹਿਬ ਨੂੰ ਮਿਲ ਕੇ ਆਫਿਸ ਤੋਂ ਬਾਹਰ ਨਿਕਲ ਰਿਹਾ ਸੀ। ਸਾਡੇ ਇੱਥੇ ਡਿਸਟ੍ਰੀਬਿਊਟਰ ਦਾ ਆਫਿਸ ਹੈਗਾ ਸੈਕਟਰ 32 ਚੰਡੀਗੜ੍ਹ ਰੋਡ 'ਤੇ, ਅਤੇ ਉੱਥੇ ਮੀਟਿੰਗ ਸੀ। ਮੇਰੀ ਮੀਟਿੰਗ ਅਟੈਂਡ ਕਰਕੇ ਮੈਂ ਬਾਹਰ ਆਇਆ, ਜਿਸ ਤਰ੍ਹਾਂ ਹੀ ਮੇਨ ਰੋਡ 'ਤੇ ਪੈਂਦੇ ਨਾਲ ਹੀ ਮੇਰਾ ਇੱਕ ਫੋਨ ਕਾਲ ਆ ਗਿਆ। ਮੈਂ ਗੱਡੀ ਸਾਈਡ 'ਤੇ ਲਗਾ ਕੇ ਫੋਨ 'ਤੇ ਗੱਲ ਕਰ ਰਿਹਾ ਸੀਗਾ, ਪਿੱਛੋਂ ਦੋ ਲੜਕੇ ਆਏ ਜੀ, ਤਕਰੀਬਨ ਉਮਰ 25-30 ਸਾਲ ਸੀਗੀ, ਰੰਗ ਸਾਂਵਲਾ ਸੀ, ਦਾੜੀ ਕਾਫੀ ਵਧਾ ਰੱਖੀ ਸੀ ਉਹਨਾਂ ਨੇ, ਔਰ ਇੱਕ ਲੜਕੇ ਨੇ ਸਿਰ ਦੇ ਉੱਪਰ ਰੁਮਾਲ ਬੰਨਿਆ ਸੀਗਾ। ਇੱਕ ਨੇ ਮੋਟਰਸਾਈਕਲ ਰੋਕਿਆ, ਦੂਸਰਾ ਆ ਕੇ ਮੇਰੇ ਕੋਲ ਉਹਨੇ ਵਿੰਡੋ ਖੜਕਾਈ। ਮੈਂ ਸੋਚਿਆ ਸ਼ਾਇਦ ਕੋਈ ਐਡਰੈਸ ਵਗੈਰਾ ਪੁੱਛਣਾ ਹੋਏਗਾ, ਮੈਂ ਸ਼ੀਸ਼ਾ ਥੱਲੇ ਕੀਤਾ, ਉਹਨੇ ਮੇਰੇ ਪਿਸਟਲ ਲਗਾ ਦਿੱਤੀ ਕਿ ਗੱਡੀ 'ਚੋਂ ਬਾਹਰ ਆਓ। ਮੈਂ ਉਹਨੂੰ ਕਿਹਾ ਜੀ ਤੁਸੀਂ ਮੇਰੇ ਕੋਲ ਜੋ ਫੋਨ ਲੈਣਾ ਫੋਨ ਲੈ ਲਓ, ਪੈਸੇ ਲੈਣੇ ਪੈਸੇ ਲੈ ਲਓ। ਕਹਿੰਦਾ ਨਹੀਂ ਬਾਹਰ ਆਓ ਗੱਡੀ 'ਚੋਂ। ਮੈਨੂੰ ਗੱਡੀ 'ਚੋਂ ਬਾਹਰ ਕੱਢ ਕੇ ਜ਼ਬਰਦਸਤੀ, ਅਤੇ ਮੈਂ ਨਿਕਲ ਨਹੀਂ ਰਿਹਾ ਸੀ, ਮੈਨੂੰ ਉਹਨੇ ਪਿਸਤਲ ਦਿਖਾਈ, ਖੋਲ੍ਹ ਕੇ ਆ ਗੋਲੀ ਤੇਰੇ ਗੋਲੀ ਮਾਰ ਦੂੰ ਬਾਹਰ ਆ ਜਾ। ਮੈਂ ਬਹੁਤ ਘਬਰਾ ਗਿਆ ਜੀ, ਉਹਨੇ ਮੇਰੇ ਪਿਸਤਲ ਇੱਥੇ ਪੇਟ ਦੇ ਉੱਪਰ ਲਗਾ ਦਿੱਤੀ,
ਮੈਂ ਬਾਹਰ ਨਿਕਲਿਆ ਡਰ ਕੇ, ਜਦੋਂ ਮੈਂ ਬਾਹਰ ਨਿਕਲਿਆ ਤਾਂ ਮੇਰੀ ਗੱਡੀ 'ਚ ਬੈਠਾ ਸਟਾਰਟ ਕਰਕੇ ਅਤੇ ਦੋਨੋਂ ਦੌੜ ਗਏ, ਇੱਕ ਮੇਰੀ ਗੱਡੀ ਸਟਾਰਟ ਕਰੇ, ਇੱਕ ਮੋਟਰਸਾਈਕਲ 'ਤੇ ਅੱਗੇ ਦੌੜ ਗਏ। ਮੋਟਰਸਾਈਕਲ ਸੀ, ਮੋਟਰਸਾਈਕਲ ਤਾਂ ਕਾਲੇ ਰੰਗ ਦਾ ਸੀਗਾ ਜੀ, ਅਸੀਂ CCTV ਫੁਟੇਜ ਦੇਖੀ ਉੱਥੇ ਆਸ ਪਾਸ ਕੋਠੀਆਂ ਦੀ, ਉਹ ਜਿਹਦੇ ਵਿੱਚ ਲੱਗ ਰਿਹਾ ਕਿ ਮਤਲਬ CD ਡੀਲਕਸ ਮੋਟਰਸਾਈਕਲ ਜਿਹੜਾ ਉਹ ਲੱਗ ਰਿਹਾ ਜੀ। ਹਾਂਜੀ, ਪੁਲਿਸ ਨੂੰ FIR ਕਰਵਾਤੀ ਹੈ ਜੀ। ਸੈਕਟਰ 32 ਹੈਗਾ ਚੰਡੀਗੜ੍ਹ ਰੋਡ 'ਤੇ, ਇੱਥੇ 1:15 ਦਾ ਟਾਈਮ ਸੀਗਾ, ਰੋਹਿਤ ਕੁਮਾਰ ਆਪਣੀ ਕਾਰ ਲੈ ਕੇ ਆ ਰਿਹਾ ਸੀ, ਸਵਿਫਟ ਕਾਰ DI ਦਾ, ਉਹ ਲੈ ਕੇ ਆ ਰਿਹਾ ਸੀ, ਸਾਈਡ 'ਤੇ ਖੜ੍ਹ ਗਿਆ, ਫੋਨ ਆ ਗਿਆ ਸੁਣਨ ਵਾਸਤੇ, ਇਹਨੇ ਨੂੰ ਤੋਂ ਦੋ ਮੁੰਡੇ ਆਏ ਮੋਟਰਸਾਈਕਲ 'ਤੇ, ਉਹ ਗਨ ਪੁਆਇੰਟ 'ਤੇ ਉਹਦੇ ਕੋਲੋਂ ਕਾਰ ਲੈ ਗਏ ਖੋ ਕੇ, ਉਹਦੇ ਵਿੱਚ ਕੋਈ ਮੋਬਾਈਲ ਫੋਨ ਵਗੈਰਾ ਵੀ ਸੀਗੇ ਉਹਨਾਂ ਦੇ। ਬਾਕੀ ਅਸੀਂ CCTV ਕੈਮਰੇ ਦੇਖ ਕੇ ਸਾਰੇ ਅਫਸਰ ਸਾਹਿਬਾਨ ਪਹੁੰਚ ਗਏ ਨੇ, ਸੀਨੀਅਰ ਅਫਸਰ CP ਸਾਹਿਬ ਵੀ ਆ ਗਏ ਨੇ ਮੌਕੇ 'ਤੇ, ਅਤੇ ਸਾਰੇ ਅਸੀਂ ਦੇਖ ਰਹੇ ਹਾਂ ਜੀ, ਇਕੱਲੀ ਇਕੱਲੀ ਥਾਂ CCTV ਕਾਇਮ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਟ੍ਰੇਸ ਕਰਾਂਗੇ ਜੀ ਅਸੀਂ। ਸਰ, ਸੜਕ ਹਾਦਸੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ, ਜਿਸ ਵਿੱਚ ਅਨੇਕਾਂ ਮੌਤਾਂ ਹੋ ਰਹੀਆਂ ਨੇ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਠਿੰਡਾ ਦੇ ਤਲਵੰਡੀ ਸਾਬੋ ਰੋਡ 'ਤੇ, ਜਿੱਥੇ ਰਿਫਾਇਨਰੀ ਇੰਜੀਨੀਅਰ ਵਿਕਾਸ ਸ਼ਰਮਾ ਅਤੇ ਫੀਡ ਆਪਰੇਟਰ ਸੋਨੂ ਸ਼ਰਮਾ ਪਾਣੀਪਤ ਰਿਫਾਇਨਰੀ ਤੋਂ ਡਿਊਟੀ ਕਰਨ ਤੋਂ ਬਾਅਦ ਸਰਦੂਲਗੜ੍ਹ ਰਸਤੇ ਤੋਂ ਆਪਣੇ ਘਰ ਜਾ ਰਹੇ ਸੀ ਕਿ ਅੱਗੇ ਤੋਂ ਆ ਰਹੀ ਇੱਕ ਪ੍ਰਾਈਵੇਟ ਬੈਲੈਰੋ ਪਿਕਅਪ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਦੇ ਚੀਥੜੇ ਉੱਡ ਗਏ। ਇਸ ਹਾਦਸੇ ਵਿੱਚ ਦੋਨੋਂ ਇੰਜੀਨੀਅਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਲਵੰਡੀ ਸਾਬੋ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਫਿਲਹਾਲ ਮੌਕੇ ਤੋਂ ਫਰਾਰ ਹੈ। ਇਹ ਜੀ, ਮੈਂ ਸਰਪੰਚ ਦੀ ਕੋਠੀ 'ਚੋਂ ਆਉਂਦਾ ਸੀਗਾ ਅਤੇ ਡਾਲਾ ਬਹੁਤ ਤੇਜ਼ ਸੀਗਾ ਦੁੱਧ ਵਾਲਾ, ਅਤੇ ਮੋਟਰਸਾਈਕਲ ਵਾਲੇ ਬਿਲਕੁਲ ਸ਼ੈਡ 'ਤੇ ਸੀਗੇ, ਉਹ ਡਾਲਾ ਉਹਨਾਂ ਤੋਂ ਵਿੱਚ ਵੱਜ ਗਿਆ ਅਤੇ ਦੋਨੇ ਬੰਦੇ ਉਹ ਮਰ ਚੁੱਕੇ। ਇੱਕ ਮੁੰਡੇ ਦਾ ਸੋਨੂੰ ਹੈ ਜੀ, ਸੋਨੂੰ ਸ਼ਰਮਾ, ਕਿੱਥੋਂ ਆਈ ਉਹ ਜੀ? ਪਾਣੀਪਤ ਦਾ। ਹਾਂ, ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ? ਪੁਲਿਸ ਹਾਂ ਮੌਕੇ 'ਤੇ ਪਹੁੰਚ ਗਈ ਜੀ, ਪੁਲਿਸ ਨੇ ਕਾਰਵਾਈ ਕਰ ਲਈ ਅਤੇ ਐਂਬੂਲੈਂਸ ਮੰਗਾ ਲਈ ਸੀਗੀ, ਉਹ ਬੰਦੇ ਚੱਕ ਲਏ। ਗੁਰਮੀਤ ਸਿੰਘ ASC ਥਾਣਾ ਤਲਵੰਡੀ ਸਾਬੋ, ਇੱਥੇ ਦੋ ਨੌਜਵਾਨ ਜਾ ਰਹੇ ਸੀਗੇ ਇੰਡੀਆ ਰੂੜੀ ਰੋਡ ਦੇ ਉੱਤੇ ਜੀ, ਨਵੇਂ ਪਿੰਡ ਦੇ ਕੋਲ, ਅਤੇ ਇੱਕ ਤੇਜ਼ ਰਫ਼ਤਾਰ ਨਾਲ ਪਿਕਅਪ ਡਾਲਾ ਜਾ ਰਿਹਾ ਸੀਗਾ, ਜਿਹਦਾ ਨੰਬਰ ਹੈਗਾ PV03C1023। ਤੇਜ਼ ਰਫ਼ਤਾਰੀ ਨਾਲ ਜਿਹੜਾ ਉਹ ਐਕਸੀਡੈਂਟ ਹੋਣ ਕਰਕੇ ਮੌਕੇ 'ਤੇ ਦੋ ਬੰਦੇ ਦੀ ਮੌਤ ਹੋ ਗਈ ਹੈ। ਅਗਾਂਹ ਤਫਤੀਸ਼ ਕਰ ਰਹੇ ਹਾਂ, ਸ਼ਨਾਖਤ ਕਰਾ ਕੇ ਆਈਡੈਂਟੀ ਕਾਰਡ ਮਿਲਿਆ ਜੀ, ਸੋਨੂੰ ਪੁੱਤ ਸਤਵੀਰ ਹੈ, ਪਿੰਡ ਨਾਰਾ ਸੋਨੀਪਤ ਕੋਲੇ। ਕੀ ਗਲਤੀ ਕਿਹਦੀ ਲੱਗਦੀ ਸਰ? ਇਹ ਪਿਕਅਪ ਡਾਲੇ ਦੀ ਜਿਹੜੀ ਗਲਤੀ ਹੈ, ਜਿਹਦੀ ਵਜ੍ਹਾ ਕਰਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਐਕਸੀਡੈਂਟ ਨਾਲ। ਤੇ ਖਬਰ ਮੁਕਤਸਰ ਸਾਹਿਬ ਤੋਂ ਲੈਣੇ, ਜਿੱਥੇ ਵਿਜੀਲੈਂਸ ਵਿਭਾਗ ਵੱਲੋਂ FCI ਦੇ ਇੱਕ ਕਰਮਚਾਰੀ ਪ੍ਰਵੀਨ ਕੁਮਾਰ ਨੂੰ 25,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ। ਵਿਜੀਲੈਂਸ ਵਿਭਾਗ ਦੇ DSP ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਰਿੰਦਰਾ ਮਿਲਰ ਦੇ ਮਾਲਕ ਨਰਿੰਦਰ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 3 ਲੱਖ ਦੇ ਬਿੱਲ ਪਾਸ ਕਰਨ ਲਈ FCI ਦੇ ਕਰਮਚਾਰੀ ਨੇ 25,000 ਰਿਸ਼ਵਤ ਲੈਣ ਦੀ ਮੰਗ ਕੀਤੀ ਹੈ ਤੇ ਇਹ ਪੈਸੇ ਆਪਣੇ ਸਾਥੀ ਪ੍ਰਭੂ ਸ਼ੰਕਰ ਨੂੰ ਦੇਣ ਲਈ ਕਿਹਾ ਸੀ। ਜਿਸ ਦੇ ਚੱਲਦੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਮੌਕੇ ਤੇ ਛਾਪਾ ਮਾਰ ਕੇ ਪ੍ਰਭੂ ਸ਼ੰਕਰ ਨੂੰ 25,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰਾਂਸਪੋਰਟੇਸ਼ਨ ਦਾ ਬਿੱਲ ਮਿਲ ਕੇ ਸੈਂਡ ਕਰਨ ਗਿਆ ਸੀਗਾ ਤੇ ਇਹਨਾਂ ਨੇ ਨਾ ਕਰਤੀ ਤੇ ਚਲਾ ਕੇ ਬਿੱਲ ਮਾਰਿਆ, ਮੈਂ ਵਰਕੇ ਵਰਕੇ ਖਿਲਾਰ ਕੇ ਇਕੱਠੇ ਕਰਕੇ ਲਿਆਇਆ ਤੇ 25,000 ਰੁਪਈਆ ਮਿਲ ਕੇ ਲਵਾਂਗੇ, ਜਦ ਤੱਕ ਉਹ 25,000 ਨਹੀਂ ਦਿੰਦੇ ਸੈਨ ਨਹੀਂ ਹੋਣਗੇ। ਫਿਰ ਇਹਨਾਂ ਨੂੰ 25,000 ਰੁਪਈਆ ਲੈ ਕੇ ਗਿਆ, ਇਹਨਾਂ ਲੈ ਕੇ ਦਰਾਜ 'ਚ ਪੈਸੇ ਰੱਖ ਲਏ ਅਤੇ ਮੇਰੇ ਸੈਨਿਕਾਂ 1,14,000 ਦੀ ਡਿਮਾਂਡ ਕੀਤੀ ਹੈ, ਜਿਹਨਾਂ 'ਚ ਮੈਂ 50,000 ਪਹਿਲਾਂ ਦੇ ਚੁੱਕਿਆ, 25,000 ਅੱਜ ਦਿੱਤਾ। ਇਹ ਬਿੱਲ ਮਤਲਬ ਕਿ 3,00,000 ਰੁਪਈਏ ਦੇ ਸੀ। 3,00,000 ਰੁਪਏ FCI ਦਾ ਜੀ ਟੂ ਹੈਗਾ ਪ੍ਰਭਾ ਸ਼ੰਕਰ, ਕੰਪਲੇਂਟ ਸੀਗੀ ਉਹਦੀ, ਕੰਪਲੇਂਟ ਦੇ ਉੱਤੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਅਤੇ ਬਾਕੀ ਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕਿੰਨਾ ਪੈਸਾ ਜਿਹੜਾ ਉਹ ਲਿਆ ਸੀ? 25,000 ਰੁਪਈਆ ਫੋਲ ਕੀਤਾ।
ਉਹਨਾਂ ਦੇ ਨਾਲ ਵੀ ਹੋਰ ਕੋਈ ਸੀ 25000 ਦੀ 25000 ਦੀ ਨਾਲ ਉਹਨਾਂ ਦੇ ਕੋਈ ਹੋਰ ਸਾਥੀ ਵਗੈਰਾ ਵੀ ਹੈ ਸਮਾਨ ਹੈ ਹੋਰ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਉਹਦੇ ਵਿੱਚ ਆ ਕੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ 411ਵੇਂ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਸਰਾਂ ਤੋਂ ਸਜਾਏ ਗਏ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵੀ ਸਜਾਏ ਗਏ। ਇਸ ਮੌਕੇ ਨਗਰ ਕੀਰਤਨ ਦੇ ਸਾਰੇ ਰਸਤੇ ਸੁੰਦਰ ਸਜਾਵਟੀ ਗੇਟਾਂ ਨਾਲ ਸਜਾਏ ਗਏ ਸੀ ਤੇ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਜਸ ਗਾ ਰਹੀਆਂ ਸਨ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਰਹੀਆਂ ਸਨ। ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਲਈ ਜਗ੍ਹਾ ਜਗ੍ਹਾ ਤੇ ਠੰਡੇ ਅਤੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਦੇ ਮਹਾਂਵਾਕ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਉਸ ਅਕਾਲ ਪੁਰਖ ਦਾ ਹੁਕਮ ਮੰਨ ਕੇ ਆਪਣੇ ਤੇ ਤਸੀਹੇ ਸਹਾਰਦੇ ਹੋਏ ਜ਼ੁਲਮ ਦਾ ਟਾਕਰਾ ਕੀਤਾ। ਉਹਨਾਂ ਨੇ ਕਿਹਾ ਕਿ ਸਾਨੂੰ ਵੀ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਤੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ। ਪੰਚਮ ਪਾਤਸ਼ਾਹ ਸੰਤ ਸਤਿਗੁਰੂ ਸ੍ਰੀ ਅਰਜਨ ਦੇਵ ਜੀ ਨੇ ਇਸ ਧਰਮ ਦੀ ਰੱਖਿਆ ਵਾਸਤੇ, ਕੌਮ ਦੀ ਰੱਖਿਆ ਵਾਸਤੇ ਆਪਾਂ ਸਾਰਿਆਂ ਨੂੰ ਸੰਦੇਸ਼ ਦਿੱਤਾ ਹੈ। ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸਤਿਗੁਰੂ ਜੀ ਕਿਰਪਾ ਕਰਨ। ਧੰਨ ਧੰਨ ਪੰਚਮ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ, ਸਮੂਹ ਸੰਗਤਾਂ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਕੱਢੇ ਜਾ ਰਹੇ ਹਨ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਗਰ ਕੀਰਤਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾਤਾ ਕਿਰਪਾਲੂ ਜੀ ਦਾ 411ਵਾਂ ਸਾਲ ਸ਼ਹਾਦਤ ਪੁਰਬ ਤਰਨ ਤਾਰਨ ਦੀਆਂ ਸਮੁੱਚੀਆਂ ਸੰਗਤਾਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਜੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾਤਾ ਕਿਰਪਾਲੂ ਜੀ ਨੇ ਜ਼ਬਰ ਦਾ ਜਿਹੜਾ ਟਾਕਰਾ ਸਬਰ ਨਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ਅਤੇ ਸਮੁੱਚੀ ਸੰਗਤ ਨੂੰ ਗੁਲਾਮੀ ਗਲੋਂ ਲਾਉਣ ਦੇ ਲਈ ਫਿਰ ਜਿਹੜਾ ਅਗਲਾ ਪੜਾਅ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾਤਾ ਕਿਰਪਾਲੂ ਜੀ ਨੇ ਦੋ ਜਿਹੜੀਆਂ ਤਲਵਾਰਾਂ ਪਹਿਨੀਆਂ, ਇੱਕ ਮੀਰੀ ਅਤੇ ਇੱਕ ਪੀਰੀ ਦੀ। ਜਦੋਂ ਪਤਾ ਲੱਗ ਗਿਆ ਵੀ ਜਿਹੜਾ ਹੁਣ ਸਬਰ ਦੇ ਨਾਲ ਆ ਨਾ ਇਹ ਸਮਝ ਦੇਣੀ ਆ, ਜੇ ਸਾਡੇ ਹੱਥੋਂ ਨਾਮ ਜਪਦਿਆਂ ਦੇ ਮਾਲਾ ਹੀ ਖੋਹ ਲਈ ਜਾਵੇ ਤਾਂ ਫਿਰ ਬੰਦਾ ਕੀ ਕਰੂਗਾ। ਇਸ ਕਰਕੇ ਜਦੋਂ ਇਹਨਾਂ ਨੇ ਸਬਰ ਨੂੰ ਨਹੀਂ ਸਮਝਿਆ ਉਦੋਂ ਫਿਰ ਗੁਰੂ ਸਾਹਿਬ ਨੇ ਦੋ ਤਲਵਾਰਾਂ ਪਹਿਨੀਆਂ ਅਤੇ ਅੱਜ ਦਾ ਜੇ ਮਹਾਨ ਪੁਰਬ ਆ ਸਮੁੱਚੀਆਂ ਸੰਗਤਾਂ ਸ੍ਰੀ ਗੁਰੂ ਅਰਜਨ ਸਾਹਿਬ ਦਾਤਾ ਕਿਰਪਾਲੂ ਜੀ ਦਾ 411ਵਾਂ ਸਾਲਾਂ ਸ਼ਹਾਦਤ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਹਾਂ ਜੀ। ਅਤੇ ਉੱਧਰ ਅੰਮ੍ਰਿਤਸਰ ਵਿੱਚ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 'ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਨਜ਼ਰ ਆਈਆਂ। ਮਹਾਰਾਜ ਜੀ ਭੰਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤਾਪ ਹਾਰ ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਨੇ 1606 ਈਸਵੀ ਵਿੱਚ ਲਾਹੌਰ ਡੇਰਾ ਸਾਹਿਬ ਵਿਖੇ ਹਕੂਮਤ ਦੇ ਹਰ ਜਬਰ ਜ਼ੁਲਮ ਦਾ ਟਾਕਰਾ ਕਰਦਿਆਂ ਹੋਇਆਂ, ਜਬਰ ਦਾ ਟਾਕਰਾ ਸਬਰ ਨਾਲ ਕਰਦਿਆਂ ਹੋਇਆਂ ਧਰਮ ਦੀ ਰਖਵਾਲੀ ਵਾਸਤੇ ਸਤਿਗੁਰੂ ਜੀ ਨੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ।
ਇਹ ਪ੍ਰੋਗਰਾਮ ਇੱਥੇ ਉਲੀਕੇ ਗਏ ਨੇ ਜੋ 26 ਤਰੀਕ ਤੋਂ ਇਹ ਪ੍ਰੋਗਰਾਮ ਚੱਲ ਰਹੇ ਨੇ ਅਤੇ 29 ਤਰੀਕ ਰਾਤ ਤੱਕ ਇਹ ਪ੍ਰੋਗਰਾਮ ਇਸੇ ਤਰ੍ਹਾਂ ਨਿਰੰਤਰ ਚੱਲਦੇ ਰਹਿਣਗੇ। ਸੋ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਜੀ ਦੇ ਚਲਾਏ ਹੋਏ ਸੱਚ ਦੇ ਮਾਰਗ ਉੱਤੇ ਚੱਲ ਕੇ ਸਾਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ। ਇੱਥੇ ਵੇਲਾ ਹੋ ਚੱਲੇ ਛੋਟੇ ਜਿਹੇ ਬ੍ਰੇਕ ਤਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ।